ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ, ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਵੀਰਾਂ ਦੀ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਇੱਕ ਘਰੇਲੂ ਜਾਨਵਰ ਦੀ ਵੀਡੀਓ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ, ਪਿਓ ਚਲੁਸਤਾਨੀ ਅਤੇ ਜਰਸੀ ਕ੍ਰਾਸ ਦੋਸਤੋ ਵੈਰ ਦੀ ਵੀਡੀਓ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਵਾਂਗਾ, ਮੇਰੇ ਵੀਰ ਵੇਖਣ ਮਾਸ਼ਾਅੱਲਾ ਪਿਓਰ ਚੋਲਸਤਾਨੀ ਅਤੇ ਜਰਸੀ ਦਾ ਕਰਾਸ ਹੈ ਦੋਸਤੋ। ਐ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਨਿੱਕਾ ਨਿੱਕਾ ਸਿੰਘ ਰੱਖਿਆ ਕਰਮਾਈ ਨੇ, ਸਿਰ ਓਰੀਜਨਲ ਮੋਨੀ ਹੈ, ਕੋਈ ਮੋਨੀ ਕੀਤੀ ਨਹੀਂ ਹੋਈ। ਐ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਮਾਸ਼ਾਅੱਲਾ 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 ਦੇ ਕਮੈਂਟ ਆਉਣੇ ਚਾਹੀਦੇ ਨੇ। ਮੇਰੇ ਵੀਰ ਥਣ ਵੇਖ ਲੈਣ, ਪੂਰੇ ਗਿੱਠ ਗਿੜ ਦੇ ਬਿੱਲਾਂ 'ਤੇ ਮਾਸ਼ਾਅੱਲਾ ਮੁੱਠ ਮੁੱਠ ਦਾ ਥਾਣੇ ਛੱਡ ਕੇ ਟੁਰਿਆ ਚਾਚਾ ਸ਼ਰੀਫ। ਤਸੱਲੀਆਂ ਕਰਾਇਆ ਜੋ ਮੇਰਾ ਵੀਰਾ ਦੋਸਤਾਂ ਦੀਆਂ, ਮਗਰ ਦੋਸਤੋ ਆ ਬੱਚਾ ਹੈ ਔਰ ਮਾਸ਼ਾਅੱਲਾ ਬੜਾ ਪਿਆਰਾ ਜਾਨਵਰ, ਬੜਾ ਲਾਜਵਾਬ ਜਾਨਵਰ, ਘਰੇਲੂ ਜਾਨਵਰ ਹੈ ਦੋਸਤੋ। ਕੋਈ ਵਪਾਰ ਦਾ ਨਹੀਂ, ਕੋਈ ਵਪਾਰੀ ਕੋਲ ਨਹੀਂ, ਤਾਂ ਘਰੇਲੂ ਜਾਨਵਰ ਹੈ, ਘਰ ਦਾ ਜਾਨਵਰ ਹੈ ਮਾਸ਼ਾਅੱਲਾ, ਚੋਇਆ ਪੀਤਾ ਹੋਇਆ। ਇਹ ਮੇਰਾ ਵੀਰਾ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਟੁਰਨ ਫਿਰਨ ਵੇਖ ਲੈਣਾ, ਹਰ ਗੱਲ ਦੀਆਂ ਮੇਰਾ ਵੀਰਾ ਦੋਸਤਾਂ ਤਸੱਲੀਆਂ ਕਰ ਲੈਣੀਆਂ ਨੇ। ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਵੀਰਾ ਦੋਸਤਾਂ ਰਹਿਣ ਦਿਆਗਾ। ਪਿਓਰ ਚੋਲਸਤਾਨੀ ਅਤੇ ਜਰਸੀ ਕਰਾਸ ਹੈ, ਉੱਪਰੋਂ ਬਿਲਕੁਲ ਪੱਧਰ ਪਈ ਹੈ ਮਾਸ਼ਾਅੱਲਾ, ਅੱਗੋਂ ਵੱਛੀ ਅਤੇ ਮਗਰੋਂ ਮਾਸ਼ਾਅੱਲਾ ਗਾਂ ਲੱਗਦੀ ਪਈ ਹੈ। ਇਹ ਮੇਰੇ ਵੀਰ ਤਸੱਲੀਆਂ ਕਰ ਲੈਣ, ਮਾਝ ਤਾਰਾ ਪੁੱਠੇ ਚੋੜੇ ਬੜੀ ਤੜੀ ਮਾਝ ਹੀ ਹੈ ਦੋਸਤੋ। ਔਰ ਮਾਸ਼ਾਅੱਲਾ ਮਾਸ਼ਾਅੱਲਾ ਸਫੈਦ ਦੁੱਧ ਦੇ, ਚਾਚਾ ਜੀ ਬੱਚਾ ਲਾਓ, ਦੋ ਦਾ ਚਵਾਈ ਕਰਾਓ, ਸਫੈਦ ਦੁੱਧ ਦੇ ਔਰ ਇਨਸ਼ਾਅੱਲਾ ਬਣੀ ਤਣੀ ਮਾਝੀ ਹੈ ਦੋਸਤੋ, ਅੱਲਾ ਮੇਰੇ ਦੇ ਹੁਕਮ ਨਾਲ। ਬੜਾ ਪਿਆਰਾ ਜਾਨਵਰ ਔਰ ਬੜਾ ਲਾਜਵਾਬ ਜਾਨਵਰ ਦੋਸਤੋ, ਘਰ ਦਾ ਚੋਇਆ ਪੀਤਾ ਹੈ, ਘਰੇਲੂ ਜਾਨਵਰ ਹੈ ਔਰ ਬਾਕੀ ਚਵਾਈ ਹੋ ਜਾਏਗੀ, ਅਸੀਲ ਸਾਹਿਬ ਦੀ ਵੀ ਤਸੱਲੀ ਹੋ ਜਾਏਗੀ, ਛੱਟੇ ਫੁਹਾਰ ਦੀ ਵੀ ਤਸੱਲੀ ਹੋ ਜਾਏਗੀ, ਹਰ ਗੱਲ ਦੀ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾ ਦਿਆਂਗਾ। ਮਾਸ਼ਾਅੱਲਾ ਹਮੇਸ਼ਾ ਤੋਂ ਵੀਰਾਂ ਦੋਸਤਾਂ ਵਾਸਤੇ ਮਿਹਨਤ ਕਰਕੇ ਏਰੀਆ ਫਿਰ ਕੇ ਸੋਹਣੇ ਸੁਥਰੇ ਜਾਨਵਰ ਲੈ ਕੇ ਆਈਦੇ ਨੇ। ਅੱਜ ਵੀ ਦੋਸਤੋ ਬੜਾ ਸਫ਼ਰ ਕੀਤਾ, ਬੜਾ ਪੰਧ ਕੀਤਾ ਅਤੇ ਵੀਰਾਂ ਦੋਸਤਾਂ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਇਆ ਜਾਨਵਰ। ਔਰ ਮਾਸ਼ਾਅੱਲਾ ਮਾਸ਼ਾਅੱਲਾ ਇੱਕ ਸੁਥਰਾ ਜਾਨਵਰ ਲੈ ਕੇ ਆਇਆ, ਕੰਮ ਤੋਂ ਕੰਮ ਵੀ 70 ਕਿਲੋਮੀਟਰ ਕਰਕੇ ਅੱਜ ਦੋਸਤਾਂ ਵੀਰਾਂ ਵਾਸਤੇ ਜਾਨਵਰ ਲੈ ਕੇ ਹਾਜ਼ਰ ਹੋਇਆ। ਚਾਚਾ ਜੀ ਪਸਮਿਆਂ ਵੀ ਤਾਂ ਬੰਦ ਆ, ਪਾਲੀ ਮੁੰਦੀ ਗਲੇ ਜਾ, ਚਲੋ ਜੀ ਚੁੱਪ, ਮੈਂ ਕਿਹੜੀ ਸਾਈਡ 'ਤੇ ਆਵਾਂ, ਚੱਲ ਮਾਸ਼ਾਅੱਲਾ ਮਾਸ਼ਾਅੱਲਾ ਲਾਹੌਰ ਦੀ ਆਵਾਜ਼ ਹੀ ਆਈ ਜਾਂਦੀ ਹੈ ਦੋਸਤੋ।
ਆਣੋ ਆਏ ਹੈਲੋ ਹਾਂ ਆਉਣਾ ਮੈਨੂੰ ਥੋੜ੍ਹਾ ਟਾਈਮ ਲੱਗ ਜਾਣਾ ਮੈਂ ਸ਼ੇਖ ਫਾਜ਼ਲ ਹਾਂ ਮੈਂ ਬਸ ਨਿਕਲਣਾ ਇੱਥੋਂ ਕੋਈ ਉਹੀ ਗੱਲਬਾਤ ਹੈ ਜੇ ਕਿਤੇ ਚਲੋ ਮੰਨਦਾ ਹੁੰਦਾ ਹੈਗਾ ਚਲੋ ਮੈਂ ਵੀ ਆਉਂਦਾ ਲੈ ਤਾਂ ਬਸ ਘਰ ਇਹ ਕਿੰਨੇ ਕਿਲੋ ਦੀ ਬਾਲਟੀ ਹੈ ਚਾਹ ਸ਼ਰੀਫ ਬਾਅਦ 'ਚ ਫਿਰ ਚੋਲਿਆ ਜੋ ਮੈਂ ਕਹਾਂ ਕਿੰਨੇ ਕਿਲੋ ਦੀ ਬਾਲਟੀ ਅੱਠ ਕਿਲੋ ਦੀ ਬਾਲਟੀ ਚਲ ਬਸ ਕਰੋ ਬਾਕੀ ਫਿਰ ਚੋਲਿਆ ਜੋ ਆ ਜਾਓ ਆਪਾਂ ਬਸ ਥਾਣਾ ਦੀ ਸੀਟ ਸਾਹਿਬ ਵਿਖਾਵਣਾ ਸੀ ਚੱਲ ਛੱਡ ਦਿਓ ਚਾਚਾ ਸ਼ਰੀਫ ਉੱਠ ਪਾਓ ਅੱਠ ਕਿਲੋ ਹੈ ਤਾਂ ਚਲੋ ਇਹ ਲਾਓ 7 ਕਿਲੋ ਦੁੱਧ ਹੈਗਾ ਹਾਜ਼ਰ ਮੌਕੇ ਅਤੇ ਆ ਜਾਓ ਔਰ ਮੇਰੇ ਵੀਰ ਵੇਖ ਲੈਣ ਹਵਾਨਾ ਬਿਲਕੁਲ ਨਿਚੋੜ ਕਰ ਗਈ ਦੁੱਧ ਹਜੇ ਕਰਮ ਵਾਲੀ ਕੋਲ ਖੜਾ ਵੀ ਹੈ ਮਾਸ਼ਾਲਾ ਬਾਕੀ ਜਿਹੜਾ ਚੁਆਈ ਦਾ ਟਾਈਮ ਹੀ ਨਹੀਂ ਚੁਆਈ ਤੋਂ ਵੀ ਪਹਿਲਾਂ ਕੀਤੀ ਜਾਂਦੇ ਆ ਜਿਹੜਾ ਚੁਆਈ ਲੇਕਿਨ ਇਹ ਕਿ ਬਸ ਇਹ ਅਸੀਲ ਸਾਹੂ ਹਾਮਨੀ ਸੀ ਤਸੱਲੀਆਂ ਕਰਾਉਣੀਆਂ ਸਰ ਬਾਕੀ ਜਿਹੜੀ ਗੱਲਬਾਤ ਹੈ ਉਹ ਕਰ ਲੈਣਾ ਚਾਚਾ ਸ਼ਰੀਫ ਨਾਲ ਚਾਚਾ ਸ਼ਰੀਫ ਉੱਠ ਬਹੁਤ ਦੁੱਧ ਬੱਚੇ ਤਾਂ ਬਹੁਤ ਜ਼ਿਆਦਾ ਸਬਰ ਕਰਦਾ ਚੱਲ ਤੂੰ ਉੱਧਰ ਔਰ ਬਾਕੀ ਮੇਰੇ ਵੀਰ ਸੀਲਤਾਂ ਵੇਖ ਲੈਣ ਕਰਮਾਂ ਦੀਆਂ ਮਾਸ਼ਾ ਅੱਲਾ ਆ ਜਾਓ ਜੀ ਚਾਚਾ ਆ ਜਾਓ ਮੋਬਾਈਲ ਆ ਫੜਿਆ ਵਿੱਚ ਅਸਲਾਮੁ ਅਲੈਕਮ ਜੀ ਵਾਲੇਕੁਮ ਸਲਾਮ ਜੀ ਬਾਬਾ ਸ਼ਰੀਫ ਕੀ ਹਾਲ ਨੇ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਠੀਕ ਠਾਕ ਬਾਬਾ ਜੀ ਗੱਲ ਹੈ ਕਿ ਵੀ ਸ਼ਹਾਰੇ ਤਾਂ ਜਾਣਦੇ ਨਹੀਂ ਵੀਡੀਓ ਨੂੰ ਹਾਂਜੀ ਜਿਵੇਂ ਗੱਲ ਹੈ ਤੁਸੀਂ ਮੈਨੂੰ ਲੈ ਕੇ ਆਏ ਹੁਣ ਤਾਂ ਪਤਾ ਵੀਡੀਓ ਦਾ ਹਾਂਜੀ ਵੀ ਜਿਹੜੀ ਗੱਲ ਕਰੀਏ 16 ਆਨੇ ਹੋ ਬਿਲਕੁਲ ਜੀ ਅੱਛਾ ਇਹ ਦੱਸਣਾ ਇਹਦਾ ਸੁਬਾਹ ਕਿੰਨਾ ਦੁੱਧ ਕਿੰਨਾ ਚੁਆਕ ਦਾ 16 ਲੀਟਰ ਜੈਨੁਇਨ ਦੁੱਧ ਇੱਥੇ ਚੁਆਕ ਦਾ
16 ਲੀਟਰ ਦੋ ਟਾਈਮ ਦਾ ਚਵਾ ਦੋ ਟਾਈਮ ਚਵਾ ਕੇ ਦਾਂ ਕਿੰਨੇ ਦਿਨ ਹੋ ਗਿਆ ਸੂਈ ਨੂੰ ਤਕਰੀਬਨ 8ਵਾਂ ਤੇ 10ਵਾਂ ਦਿਨ ਬੱਚਾ ਤੁਹਾਡੇ ਅਗਾ ਦੁੱਧ ਵਧੇਗੀ ਇਨਸ਼ਾਅੱਲਾ ਕਿੰਨਾ ਕਰੇਗੀ ਤਕਰੀਬਨ 20 ਲੀਟਰ ਪਲੱਸ ਕਰੇਗੀ 20 ਪਲੱਸ ਕਰੇਗੀ ਇਨਸ਼ਾਅੱਲਾ ਤੇ ਆਪਾਂ 16 ਆਦੇ ਕਿੱਲੇ ਤੇ ਚਵਾ ਕੇ ਬਿਲਕੁਲ ਹੀ ਚਵਾ ਕੇ ਦਾਂ ਦੇ 16 ਸਲੀਆਂ ਨਾਲ ਸਲੀਆਂ ਨਾਲ ਰੇਟ ਕਰੋ ਜੀ ਪਿਆਰੋ ਰੇਟ 3,30,000 ਰੁਪਇਆ ਨਾਜ਼ਮ ਰੇਟ 3,30,000 ਰੁਪਇਆ ਹਾਂਜੀ ਤੇ 3,30,000 ਰੁਪਏ ਮੁਹੱਬਤ ਸ਼ਫਕਤ ਮੁਹੱਬਤ ਸ਼ਫਕਤ ਕੀ ਯਾਰ ਵੇ ਡੰਗਰ ਵੇਖ ਲਾ ਤੇ ਅੱਜ ਤੇ ਡੰਗਰ ਲੱਭਦਾ ਨਹੀਂ ਫਿਰ ਸਾਲ ਤੱਕ ਡੰਗਰ ਲੱਭਦੇ ਨੇ ਕੋਈ ਤੇ ਮੌਤ ਹੋਵੇਗਾ ਆਇਆ ਥੋੜਾ ਬਹੁਤਾ ਪਿਆਰ ਨੂੰ ਆਇਆ ਵੀਰਾਂ ਦੀ ਕਦਰ ਤਾਂ ਹੋਵੇਗੀ ਇਨਸ਼ਾਅੱਲਾ ਜੀ ਠੀਕ ਹੋ ਗਿਆ ਇਹ ਮੇਰਾ ਵੀਰਾਂ ਭਰਾਵਾਂ ਦੋਸਤਾਂ ਦੇਖ ਲਿਆ ਪਿਛਲੇ ਸੂਬੇ ਦਾ ਕੀ ਰਿਕਾਰਡ ਰਿਹਾ ਸ਼ਾਹ ਜੀ 20 ਲੀਟਰ ਪਿਛਲੇ ਸੂਬੇ ਪਹੁੰਚੀ ਜੀ ਪਹੁੰਚੀ ਠੀਕ ਹੋ ਗਿਆ ਇਹ ਮੇਰਾ ਵੀਰਾਂ ਭਰਾਵਾਂ ਦੋਸਤਾਂ ਦੇਖ ਲਿਆ ਚਾਚੇ ਸ਼ਰੀਫ ਨੇ 3,30,000 ਰੁਪਇਆ ਰੇਟ ਕੀਤਾ ਸ਼ਾਹਰਿਆਂ ਦੀ ਗਾਂ ਹੈ ਘਰ ਦੀ ਗਾਂ ਹੈ ਔਰ ਕੋਈ ਵਪਾਰ ਦੀ ਨਹੀਂ ਦੋਸਤੋ ਆਪਣਾ ਚਾਚਾ ਸ਼ਰੀਫ ਲੈ ਕੇ ਆਇਆ ਉਹਨਾਂ ਨੇ ਵੇਚਣੀ ਸੀ ਤਾਂ ਉਹਨਾਂ ਮੈਨੂੰ ਬੁਲਾਇਆ ਸੀ ਬੜਾ ਸਫ਼ਰ ਕਰਕੇ ਆਇਆ ਔਰ ਬਾਕੀ ਚਵਾਈ ਮੇਰਾ ਵੀਰਾ ਦੋਸਤਾਂ ਨੇ ਵੇਖ ਲਈ ਦੁੱਧ ਹਾਜ਼ਰ ਮੌਕੇ 16 ਕਿਲੋ ਚਵਾ ਕੇ ਦੇਣਗੇ ਪਿੱਛੇ ਦੇ ਥਲਾਂ ਦੀ ਹਰ ਗੱਲ ਦੀ ਆਪਣੀ ਗਰੰਟੀ ਹੈ ਔਰ ਕੀਮਤ 3,30,000 ਰੁਪਈਆ ਇਹਦੇ 'ਚੋਂ ਵੀ ਜਿੰਨਾ ਹੋ ਸਕਿਆ ਵੀਰਾ ਭਰਾ ਨੂੰ ਕਮੀ ਪੇਸ਼ੀ ਕਰਾ ਕੇ ਦਿਆਂਗੇ ਅਗਰ ਕਿਸੇ ਵੀਰ ਭਰਾ ਦੋਸਤ ਨੂੰ ਸਾਡੀ ਵੀਡੀਓ ਪਸੰਦ ਆਵੇ ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ ਸਾਡਾ ਰਾਬਤਾ ਨੰਬਰ ਲੈ ਸਕਦਾ 0302-4029-6995 0302-4029-6995 ਇਹੀ ਦੋਸਤੋ ਮੇਰਾ ਵਟਸਐਪ ਨੰਬਰ ਹੈ ਇਹੀ ਦੋਸਤੋ ਮੇਰਾ ਰਾਬਤਾ ਨੰਬਰ ਹੈ ਉਮੀਦ ਕਰਨਾ ਕਿ ਮੇਰੇ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਔਰ ਅੱਜ ਵਾਲੀ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇਣੀ ਇਜਾਜ਼ਤ ਅੱਲਾ ਨਿਗਬਾਨ ਪਾਕਿਸਤਾਨ ਜ਼ਿੰਦਾ